ਸਤਿ ਸ਼੍ਰੀ ਅਕਾਲ ਜੀ, ਮੈਂ ਸ਼ਰਨ ਡੈਲਵਿੰਗ ਓਵਰਸੀਜ਼ ਅੰਬਾਲਾ ਤੋਂ। ਅੱਜ ਇਸ ਵੀਡੀਓ ਦੇ ਰਾਹੀਂ ਮੈਂ ਸਪੈਸ਼ਲੀ ਕੁਛ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹਾਂਗੀ ਕਿ ਕਿਸ ਤਰੀਕੇ ਦੇ ਨਾਲ ਵੀਜ਼ਾ ਆਉਣ ਤੋਂ ਬਾਅਦ ਕੈਂਡੀਡੇਟ ਏਅਰਪੋਰਟ ਇਮੀਗ੍ਰੇਸ਼ਨ ਚੈੱਕ ਕਲੀਅਰ ਕਰੇ। ਬਹੁਤ ਸਾਰੇ ਕੈਂਡੀਡੇਟਸ ਨੇ ਜੋ ਸਾਡੇ ਕੋਲ ਆਉਂਦੇ ਨੇ ਜਾਂ ਕਿਸੇ ਨਾ ਕਿਸੇ ਕਾਰਨ ਦੇ ਵਸ਼ ਉਹ ਏਅਰਪੋਰਟ ਅਥੋਰਿਟੀਜ਼ ਨੂੰ ਕਲੀਅਰ ਨਹੀਂ ਕਰ ਪਾਏ ਐਂਡ ਉਹਨਾਂ ਨੇ ਉਹਨਾਂ ਨੂੰ ਡਿਪੋਰਟ ਕਰਤਾ। ਅਤੇ ਜੇਕਰ ਕੋਈ ਵੀ ਕੈਂਡੀਡੇਟ ਵੀਜ਼ਾ ਲੈਣ ਤੋਂ ਬਾਅਦ ਜਾ ਰਿਹਾ ਵਾ ਤਾਂ ਵੀਡੀਓ ਪਲੀਜ਼ ਧਿਆਨ ਨਾਲ ਦੇਖੋ, ਜਾਂ ਆਪਣੇ ਫਰੈਂਡਸ ਜਾਂ ਰਿਲੇਟਿਵਸ ਨਾਲ ਵੀ ਤੁਸੀਂ ਆਪਣੀ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹੋ ਤਾਂ ਕਿ ਉਹਨਾਂ ਨੂੰ ਵੀ ਹੈਲਪ ਮਿਲ ਸਕੇ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਏਅਰਪੋਰਟ ਇਮੀਗ੍ਰੇਸ਼ਨ ਚੈੱਕ ਜੋ ਹੈ ਉਹ ਕਲੀਅਰ ਕਰਨਾ ਵਾ। ਅਤੇ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਦੈਟ ਇਜ਼ ਏਅਰ ਟਿਕਟਸ ਦਾ, ਸੀ ਮੈਂ ਟੂਰਿਸਟ ਵੀਜ਼ਾ ਬਾਰੇ ਗੱਲ ਕਰ ਰਹੀ ਹਾਂ। ਟੂਰਿਸਟ ਵੀਜ਼ਾ ਕੇਸਿਸ ਦੇ ਵਿੱਚ ਜੋ ਵੀ ਕੈਂਡੀਡੇਟ ਅਗਰ ਬਾਹਰ ਜਾ ਰਿਹਾ ਵਾ ਤਾਂ ਉਹਨਾਂ ਦੀ ਜਿਹੜੀ ਏਅਰ ਟਿਕਟ ਹੈ ਉਹਦੇ 'ਤੇ ਬਹੁਤ ਧਿਆਨ ਰੱਖਣਾ ਪੈਂਦਾ ਹੈ। ਏਅਰ ਟਿਕਟ ਦਾ ਜੇ ਆਪਾਂ ਗੱਲ ਕਰੀਏ, ਕੈਂਡੀਡੇਟਸ ਬਹੁਤ ਹੀ ਲੌਂਗ ਟਰਮ ਦੀ ਏਅਰ ਟਿਕਟ ਕਰਾ ਲੈਂਦੇ ਨੇ, ਜਿੱਦਾਂ ਕਿ 2 ਮਹੀਨੇ ਦਾ ਗੈਪ ਕਰਾ ਲਿਆ, 3 ਮਹੀਨੇ ਦਾ ਵਾਪਸੀ ਦਾ ਗੈਪ ਕਰਾ ਲਿਆ, ਅਤੇ ਉਹ ਇੱਕ ਕਾਫੀ ਡਿਫੀਕਲਟ ਰਹਿੰਦਾ ਵਾ ਕੈਂਡੀਡੇਟ ਲਈ ਕਿ ਉਹ ਆਪਣੀ ਇਮੀਗ੍ਰੇਸ਼ਨ ਚੈੱਕ ਨੂੰ ਸਕਸੈਸਫੁਲੀ ਕਲੀਅਰ ਕਰ ਸਕੇ। ਕਿਉਂ? ਕਿਉਂਕਿ ਤੁਸੀਂ ਚੱਲੇ ਹੋ ਟੂਰਿਸਟ ਵੀਜ਼ਾ 'ਤੇ। ਜੇਕਰ ਆਪਾਂ ਟੂਰਿਸਟ ਵੀਜ਼ਾ ਨੋਰਮਲੀ ਗੱਲ ਕਰੀਏ, ਟੂਰਿਸਟ ਦਾ ਮਤਲਬ ਹੈ ਤੁਸੀਂ ਬਾਹਰ ਘੁੰਮਣ ਚੱਲੇ ਹੋ, ਐਂਡ ਜੇਕਰ ਆਪਾਂ ਘੁੰਮਣ ਦੀ ਗੱਲ ਕਰੀਏ ਤਾਂ ਕੈਂਡੀਡੇਟ ਮੈਕਸੀਮਮ 10-15 ਜਾਂ 1 ਮਹੀਨੇ ਵਾਸਤੇ ਘੁੰਮਣ ਜਾ ਸਕਦਾ ਹੈ। ਉੱਥੇ 2-3-4 ਮਹੀਨੇ ਤੁਸੀਂ ਨਹੀਂ ਲਾਓਗੇ ਆਪਣਾ ਸਾਰਾ ਕੰਮ ਇੱਥੇ ਇੰਡੀਆ 'ਤੇ ਛੱਡ ਕੇ। ਅਤੇ ਜੇ ਆਪਾਂ ਲੋਜੀਕਲ ਪੁਆਇੰਟ ਦੀ ਗੱਲ ਕਰੀਏ ਤਾਂ ਤੁਸੀਂ ਸਭ ਤੋਂ ਪਹਿਲਾਂ ਧਿਆਨ ਰੱਖੋ ਆਪਣੀ ਏਅਰ ਟਿਕਟ 'ਤੇ ਕਿ ਲੌਂਗ ਟਰਮਸ ਏਅਰ ਟਿਕਟ ਤੁਸੀਂ ਨਾ ਲਵੋ। ਜਿਹੜੀਆਂ ਏਅਰ ਟਿਕਟ ਹੋਣੀਆਂ ਚਾਹੀਦੀਆਂ ਉਹ ਮੈਕਸੀਮਮ 1 ਮਹੀਨੇ ਦੀ ਬਾਅਦ ਦੀ ਤੁਸੀਂ ਕਰਾ ਕੇ ਚੱਲੋ। ਸੈਕਿੰਡ, ਜੇ ਆਪਾਂ ਗੱਲ ਕਰੀਏ ਤੁਹਾਡਾ ਬੈਗੇਜ, ਜੇਕਰ ਆਪਾਂ ਬੈਗੇਜ ਦੀ ਗੱਲ ਕਰੀਏ, ਵਾਂਸ ਜਦ ਤੁਹਾਡਾ ਏਅਰ ਟਿਕਟ ਡਨ, ਉਸ ਤੋਂ ਬਾਅਦ ਇਮੀਗ੍ਰੇਸ਼ਨ ਆਫਿਸਰਸ ਨੇ ਤੁਹਾਡਾ ਜਿਹੜਾ ਬੈਗੇਜ ਹੈ ਉਹਦੀ ਚੈਕਿੰਗ ਹੁੰਦੀ ਹੈ। ਜਿਹੜੀ ਤੁਹਾਡੀ ਬੈਗੇਜ ਦੀ ਚੈਕਿੰਗ ਹੁੰਦੀ ਹੈ ਉਹਦੇ ਵਿੱਚ ਤੁਹਾਡਾ ਨੋਨ ਰਿਜ਼ਲਟੈਂਟ ਆਫ ਕੌਂਟਰਾਬੈਂਡ ਜੋ ਹੈ ਉਹ ਚੈੱਕ ਕੀਤਾ ਜਾਂਦਾ। ਦੈਟ ਮੀਨਸ ਤੁਸੀਂ ਕਿਸੇ ਵੀ ਤਰੀਕੇ ਦੀ ਕੋਈ ਇਲੀਗਲ ਚੀਜ਼ ਆਪਣੇ ਨਾਲ ਜੋ ਹੈ ਉਹ ਕੈਰੀ ਨਾ ਕਰ ਰਹੇ ਹੋਏ। ਨਾਲ ਹੀ ਤੁਹਾਡਾ ਇੱਕ ਆਇਨ ਸਕੈਨ ਹੁੰਦਾ ਹੈ ਜਿਹਦੇ ਵਿੱਚ ਤੁਹਾਡਾ ਇੱਕ ਨਾਰਕੋਟਿਕ ਡਿਟੈਕਟ ਹੁੰਦਾ ਹੈ ਵੀ ਕਿਸੇ ਵੀ ਤਰੀਕੇ ਦੀ ਤੁਸੀਂ ਕੋਈ ਡਰੱਗ ਜਾਂ ਕੋਈ ਵੀ ਨਾਰਕੋਟਿਕ ਪ੍ਰੋਡਕਟਸ ਆਪਣੇ ਨਾਲ ਨਾ ਲੈ ਕੇ ਜਾ ਰਹੇ ਹੋ। ਅਤੇ ਇਹ ਚੀਜ਼ ਦਾ ਪਲੀਜ਼ ਧਿਆਨ ਰੱਖੋ ਕਿ ਇੱਦਾਂ ਦੀ ਕੋਈ ਵੀ ਚੀਜ਼ ਆਪਣੇ ਨਾਲ ਜੋ ਹੈ ਉਹ ਆਪਣੇ ਬੈਗੇਜ ਦੇ ਵਿੱਚ ਕੈਰੀ ਨਾ ਕਰੋ। ਥਰਡ, ਜੇ ਮੈਂ ਆਪਾਂ ਗੱਲ ਕਰਾਂ ਕੈਂਡੀਡੇਟਸ, ਪਲੀਜ਼ ਤੁਸੀਂ ਅਵੇਅਰ ਹੋ ਕੇ ਜਾਓ ਕਿ ਜੋ ਤੁਸੀਂ ਕੰਟਰੀ ਘੁੰਮਣ ਚੱਲੇ ਹੋ ਉੱਥੇ ਕਿਹੜੇ ਫੇਮਸ ਪਲੇਸਿਸ ਨੇ। ਆਈਟਨਰੀ ਦੇ ਵਿੱਚ ਤੁਸੀਂ ਕਿਹੜੇ ਕਿਹੜੇ ਪਲੇਸਿਸ ਮੈਨਸ਼ਨ ਕੀਤੇ ਸੀ ਕਿ ਤੁਸੀਂ ਇੱਥੇ ਇੱਥੇ ਘੁੰਮਣ ਜਾਓਗੇ। ਮੈਕਸੀਮਮ ਕੈਂਡੀਡੇਟਸ ਨੂੰ ਫੇਮਸ ਪਲੇਸਿਸ ਬਾਰੇ ਹੀ ਨਹੀਂ ਪਤਾ ਕਿ ਕਿਹੜੀ ਕੰਟਰੀ ਉਹ ਜਾ ਰਿਹਾ, ਆਈਟਨਰੀ ਦੇ ਵਿੱਚ ਕੀ ਮੈਨਸ਼ਨ ਕੀਤਾ, ਐਂਡ ਤੁਸੀਂ ਜਾ ਰਹੇ ਹੋ ਟੂਰਿਸਟ ਵੀਜ਼ਾ 'ਤੇ। ਬਹੁਤ ਵੱਡਾ ਡਰੋਬੈਕ ਰਹਿੰਦਾ ਕੈਂਡੀਡੇਟ ਦੇ ਪਾਰਟ ਦੇ ਉੱਪਰ ਕਿ ਪਲੀਜ਼ ਇਹ ਚੀਜ਼ ਤੁਸੀਂ ਧਿਆਨ 'ਚ ਰੱਖੋ। ਘੱਟੋ ਘੱਟ ਤੁਸੀਂ ਗੂਗਲ ਕਰੋ, ਆਪਣੇ ਏਜੰਟ ਤੋਂ ਪੁੱਛੋ, ਕੰਸਲਟੈਂਟ ਤੋਂ ਪੁੱਛੋ ਕਿ ਵੀ ਕਿਹੜੇ ਉੱਥੇ ਫੇਮਸ ਪਲੇਸਿਸ ਨੇ, ਜਾਂ ਆਪਣੀ ਆਈਟਨਰੀ ਨੂੰ ਵਧੀਆ ਤਰੀਕੇ ਦੇ ਨਾਲ ਜੋ ਹੈ ਤੁਸੀਂ ਰੀਡ ਕਰੋ। ਉੱਥੋਂ ਤੁਹਾਨੂੰ ਆਈਡੀਆ ਲੱਗ ਜੂਗਾ ਕਿ ਉੱਥੇ ਕਿਹੜੇ ਕਿਹੜੇ ਵਧੀਆ ਪਲੇਸਿਸ ਤੁਸੀਂ ਆਪਣੀ ਫਾਈਲ ਦੇ ਵਿੱਚ ਮੈਨਸ਼ਨ ਕੀਤੇ ਆ। ਨੈਕਸਟ, ਜੇਕਰ ਆਪਾਂ ਗੱਲ ਕਰੀਏ ਤੁਸੀਂ ਕਿਹੜੇ ਕਿਸੇ ਵੀ ਅਗਰ ਆਪਣੇ ਰਿਲੇਟਿਵ ਨੂੰ ਉੱਥੇ ਮਿਲਣ ਚੱਲੇ ਹੋ, ਤਾਂ ਰਿਲੇਟਿਵ ਨੂੰ ਵੀ ਅਗਰ ਉੱਥੇ ਮਿਲਣ ਚੱਲੇ ਹੋ ਫਿਰ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ, ਕਿਉਂਕਿ ਰਿਲੇਟਿਵ ਦੇ ਘਰ ਹੀ ਜਾ ਕੇ ਤਾਂ ਤੁਸੀਂ ਰੁਕ ਨਹੀਂ ਜਾਣਾ ਪਰਮਾਨੈਂਟ। ਡੈਫੀਨੇਟਲੀ ਜੇ ਤੁਸੀਂ ਰਿਲੇਟਿਵ ਨੂੰ ਵੀ ਮਿਲਣ ਚੱਲੇ ਹੋ ਤਾਂ ਵੀ ਉੱਥੇ ਤੁਸੀਂ ਘੁੰਮਣ ਜਾਓਗੇ, ਫੇਮਸ ਪਲੇਸਿਸ ਨੂੰ ਦੇਖੋਗੇ, ਤਾਂ ਤੁਸੀਂ ਪਲੀਜ਼ ਉਹ ਚੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਜਿਹੜੀ ਕੰਟਰੀ 'ਚ ਤੁਸੀਂ ਚੱਲੇ ਹੋ ਉੱਥੇ ਕੀ ਚੀਜ਼ ਜੋ ਹੈ ਉਹ ਇੰਪੋਰਟੈਂਟ ਹੈ। ਨੈਕਸਟ, ਜੇਕਰ ਮੈਂ ਗੱਲ ਕਰਾਂ ਦੈਟ ਇਜ਼ ਤੁਹਾਡੀ ਫੋਨ ਦੀ ਚੈਕਿੰਗ, ਜਿਹੜਾ ਤੁਹਾਡਾ ਇਮੀਗ੍ਰੇਸ਼ਨ ਆਫਿਸਰ ਹੈ, ਏਅਰਪੋਰਟ ਅਥੋਰਿਟੀ ਹੈ, ਜੇਕਰ ਉਹ ਤੁਹਾਡਾ ਫੋਨ ਮੰਗਦੇ ਆ ਤਾਂ ਤੁਸੀਂ ਡਿਨਾਈ ਕਿਸੇ ਵੀ ਕੋਸਟ 'ਤੇ ਨਹੀਂ ਕਰ ਸਕਦੇ ਕਿ ਉਹ ਤੁਸੀਂ ਉਹਨਾਂ ਨੂੰ ਆਪਣਾ ਫੋਨ ਪ੍ਰੋਵਾਈਡ ਨਾ ਕਰੋ ਜਾਂ ਪਾਸਵਰਡ ਪ੍ਰੋਵਾਈਡ ਨਾ ਕਰੋ। ਜਿੰਨੇ ਵੀ ਤੁਸੀਂ ਕੋਡ ਲਾਏ ਨੇ ਆਪਣੇ ਫੋਨ 'ਤੇ ਤੁਹਾਨੂੰ ਉਹਨਾਂ ਨੂੰ ਆਪਣਾ ਫੋਨ ਪ੍ਰੋਵਾਈਡ ਚੈਕਿੰਗ ਲਈ ਕਰਨਾ ਪਏਗਾ। ਹੁਣ ਜੇ ਆਪਾਂ ਫੋਨ ਦੀ ਗੱਲ ਕਰੀਏ, ਫੋਨ ਇੱਕ ਇਹੋ ਜਿਹੀ ਚੀਜ਼ ਹੈ ਜਿਹੜਾ ਸਾਡਾ ਪੂਰਾ ਡਾਟਾ ਰੱਖਦੀ ਹੈ ਸਾਡੇ ਦੇ ਕੋਲ। ਅੱਜ ਦੀ ਡੇਟ ਦੇ ਵਿੱਚ ਸਮਾਰਟਫੋਨ ਹਰ ਇੱਕ ਪਰਸਨ ਦੇ ਕੋਲ ਹੈ, ਹਰ ਇੱਕ ਪਰਸਨ ਉਹਦੇ 'ਚ ਫੋਟੋਆਂ ਕਲਿੱਕ ਕਰਦਾ ਹੈ, ਹਰ ਚੀਜ਼ ਉਹਦੇ 'ਚ ਪਾ ਕੇ ਰੱਖਦਾ ਹੈ। ਅਤੇ ਫੋਨ ਤੁਹਾਡਾ ਬੈਕਗਰਾਊਂਡ ਰਿਵੀਲ ਕਰਦਾ ਹੈ, ਕਿਸ ਤਰੀਕੇ ਦੀਆਂ ਤੁਹਾਡੀਆਂ ਪਿਕਚਰਸ ਉਹਦੇ ਵਿੱਚ ਨੇ, ਕਿਸ ਤਰੀਕੇ ਦੇ ਕੰਟੈਕਟ ਸੇਵ ਤੁਸੀਂ ਕੀਤੇ ਹੋਏ ਨੇ, ਤੁਹਾਡੀਆਂ ਵਟਸਐਪ ਚੈਟਸ ਰੀਡ ਕੀਤੀਆਂ ਜਾਂਦੀਆਂ ਨੇ ਕਿ ਤੁਸੀਂ ਮੰਨ ਲਓ ਆਪਣੇ ਕਿਸੇ ਫਲਾਣੇ ਦੋਸਤ ਨੂੰ ਕਹਿ ਦਿੱਤਾ ਵੀ ਉੱਥੇ ਤਾਂ ਮੇਰਾ ਵੀਜ਼ਾ ਲੱਗ ਗਿਆ, ਉੱਥੇ ਜਾ ਕੇ ਮੈਂ ਵਰਕ ਪਰਮਿਟ ਕਨਵਰਟ ਕਰਾ ਲਾਂਗਾ, ਮੈਂ ਵਾਪਸ ਨਹੀਂ ਆਉਣਾ। ਇੱਦਾਂ ਦੀ ਕੋਈ ਵੀ ਇਨਫੋਰਮੇਸ਼ਨ ਤੁਸੀਂ ਆਪਣੇ ਫੋਨ ਦੇ ਵਿੱਚ ਨਾ ਰੱਖੋ, ਬਹੁਤ ਜ਼ਿਆਦਾ ਇੱਕ ਨੁਕਸਾਨ ਹੈ। ਤੁਸੀਂ ਡੈਫੀਨੇਟਲੀ ਅਗਰ ਇਹੋ ਜਿਹੀ ਕੋਈ ਇਨਫੋਰਮੇਸ਼ਨ ਤੁਹਾਡੇ ਫੋਨ 'ਚ ਮਿਲੀ ਤਾਂ ਡਿਪੋਰਟ ਦੇ ਚਾਂਸਿਸ ਵੱਧ ਜਾਂਦੇ ਨੇ। ਅਤੇ ਉਹਨਾਂ ਕੈਂਡੀਡੇਟਸ ਨੂੰ ਮੈਂ ਰਿਕੁਐਸਟ ਕਰਨਾ ਚਾਹਾਂਗੀ ਜੋ ਕਿ ਵੀਜ਼ਾ ਲੱਗਣ ਤੋਂ ਬਾਅਦ ਬਾਹਰ ਜਾ ਰਹੇ ਨੇ, ਇੱਕ ਤਾਂ ਏਅਰਪੋਰਟ ਅਥਾਰਟੀ ਦੇ ਸਾਹਮਣੇ ਥੋੜ੍ਹਾ ਜਿਹਾ ਕੌਨਫੀਡੈਂਸ ਆਪਣਾ ਸ਼ੋਅ ਕਰੋ, ਕੌਨਫੀਡੈਂਸ ਸ਼ੋਅ ਕਰੋ, ਓਵਰ ਕੌਨਫੀਡੈਂਸ ਉੱਥੇ ਸ਼ੋਅ ਨਾ ਕਰੋ।
ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੀ ਗੱਲ ਨੂੰ ਮੰਨੋ ਕਿ ਉਹ ਕੀ ਕਹਿ ਰਹੇ ਨੇ, ਉਹਨਾਂ ਨੂੰ ਧਿਆਨ ਨਾਲ ਸੁਣੋ ਐਂਡ ਉਹਦਾ ਇੱਕ ਪ੍ਰੋਪਰ ਜੈਨੂਇਨ ਰਿਪਲਾਈ ਕਰੋ। ਡੈਫੀਨੇਟਲੀ ਏਅਰਪੋਰਟ ਅਥਾਰਟੀ ਨੇ ਤੁਹਾਨੂੰ ਇੱਕ ਕਲੀਅਰ ਚੈੱਕ ਦੇਣਾ ਵਾ। ਰੈਸਟ ਜੇਕਰ ਤੁਸੀਂ ਹੋਰ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਡੈਲਵਿੰਗ ਓਵਰਸੀਜ਼ ਨੂੰ ਕੰਟੈਕਟ ਕਰ ਸਕਦੇ ਹੋ ਸਕਰੀਨ 'ਤੇ ਦਿੱਤੇ ਗਏ ਨੰਬਰਸ 'ਤੇ, ਜਾਂ ਫਿਰ ਸਾਡੀ ਬ੍ਰਾਂਚਿਸ ਨੂੰ ਵਿਜ਼ਿਟ ਕਰ ਸਕਦੇ ਹੋ। ਥੈਂਕ ਯੂ ਸੋ ਮੱਚ।